ਸਾਡੇ ਹਰਿਆਣਾ ਵਾਲੇ ਭਰਾਵਾਂ ਦੇ ਨਾਲ ਖੜਾ ਜਨਾਬ ਚਰੂਨੀ ਦਾ ਕੱਲ ਵੀ ਬਹੁਤ ਵੱਡਾ ਕਾਫਲਾ ਆਇਆ ਵੱਡੇ ਵੱਡੇ ਕਾਫਲੇ ਚਰੂਨੀ ਸਾਹਿਬ ਲੈ ਕੇ ਆਉਂਦੇ ਨੇਗੇ ਅੰਦੋਲਨ ਵੀ ਬਹੁਤ ਵੱਡੀ ਦੇਣਾ ਚਰੂਨੀ ਦੀ ਸਾਰੀ ਟੀਮ ਨਾਲ ਸੰਬੰਧ ਰੱਖਦੇ ਨੇ ਨੌਜਵਾਨ ਸਾਡੇ ਕਛੇਤਰ ਵਾਲੇ ਨੌਜਵਾਨ ਨੇ ਹੋਰ ਬਾਈ ਅੰਦੋਲਨ ਕਿਵੇਂ ਚੱਲ ਰਿਹਾ ਕੋਈ ਅੰਦੋਲਨ ਸੰਬੰਧੀ ਕੋਈ ਗੱਲਾਂ ਬਾਤਾਂ ਕਰਨਾ ਚਾਹੁੰਦੇ ਤਾਂ ਦੱਸੋ ਲੋਕਾਂ ਦੇ ਘਰ ਪਹੁੰਚਾਈਏ ਭਾਈ ਸਭ ਤੋਂ ਪਹਿਲਾਂ ਤਾਂ ਕਿਸਾਨ ਏਕਤਾ ਜ਼ਿੰਦਾਬਾਦ ਬਈ ਹੈ ਜਿਹੜਾ ਅੰਦੋਲਨ ਚੱਲ ਰਿਹਾ ਬਹੁਤ ਘੈਂਟ ਚੱਲ ਰਿਹਾ ਮਤਲਬ ਕਿ 9 ਮਹੀਨੇ ਹੋ ਗਏ ਨੇ ਅੰਦੋਲਨ ਬਹੁਤ ਵੱਡੀ ਗੱਲ ਹੈ ਜਿਹੜਾ ਅੱਜ ਤੱਕ ਦਾ ਦੇਸ਼ ਦਾ ਅੰਦੋਲਨ ਹੈ ਜਿਹੜਾ 9 ਮਹੀਨੇ ਚੱਲ ਰਿਹਾ ਤੇ ਕੋਈ ਵੀ ਮਤਲਬ ਕਿਤੇ ਵੀ ਕਿਸੇ ਕੋਲ ਡਰ ਨਹੀਂ ਹੈ ਬਈ ਇਹ ਸੋਚਦੇ ਬਈ ਕਿਸਾਨ ਚਲੇ ਗਏ ਇੱਧਰ ਚਲੇ ਗਏ ਘਰ ਚਲੇ ਗਏ 26 ਤੋਂ ਬਾਅਦ ਇਹ ਚੀਜ਼ ਚਲਾ ਲਈ ਇਹਨਾਂ ਨੇ ਬਈ ਕਿਸਾਨ ਚਲੇ ਗਏ ਸਰਕਾਰਾਂ ਵੀ ਕਹਿੰਦੀਆਂ ਬਈ ਕੁਛ ਕਿਸਾਨ ਇੱਧਰ ਚਲੇ ਗਏ ਉੱਧਰ ਚਲੇ ਗਏ ਤੇ ਫਿਰ ਕਹਿੰਦੇ ਬਈ ਕੋਈ ਬੰਦਾ ਇੱਧਰ ਬਈ ਪੰਜਾਬ ਦੀ ਗੱਲ ਕਰੀਏ ਬਈ ਪੰਜਾਬ 'ਚ ਸਰਕਾਰਾਂ ਨੇ ਠੀਕ ਆ ਤੇ ਪੰਜਾਬ 'ਚ ਜਿਹੜੇ ਸੂਰਮੇ ਆਏ ਨੇ ਜਿਨ੍ਹਾਂ ਨੂੰ ਕਹੀਏ ਬਈ ਲੱਖੇ ਸਧਾਣੇ ਵਰਗੇ ਵੀਰ ਭਾਜੀ ਨੇ ਜਿਹੜੇ ਮਤਲਬ ਪੰਜਾਬ ਨੂੰ ਬਚਾਉਣ ਲਈ ਆਪਣਾ ਅੱਗੇ ਖਲੋਤੇ ਨੇ ਤੇ ਬਈ ਯੂਥ ਨੂੰ ਵੀ ਮਤਲਬ ਯੂਥ ਨੂੰ ਉਹਨਾਂ ਨਾਲ ਹੋਣਾ ਚਾਹੀਦਾ ਤੇ ਜਿਹੜੇ ਯੂਥ ਹੀ ਤੁਹਾਨੂੰ ਪਤਾ ਬਈ ਯੂਥ ਹੀ ਸਰਕਾਰ ਬਣਾਉਂਦਾ ਤੇ ਯੂਥ ਹੀ ਕਰਾਉਂਦਾ ਠੀਕ ਆ ਤੇ ਜਿਹੜਾ ਲੱਖਾ ਸਧਾਣਾ ਉਹਦੇ ਪਿੱਛੇ ਯੂਥ ਆ ਠੀਕ ਆ ਤੇ ਮੈਂ ਲੱਖੀ ਸਧਾਣਾ ਵੀਰ ਨੂੰ ਇਹੀ ਕਹਿਣਾ ਬਈ ਬਹੁਤ ਘੈਂਟ ਕੰਮ ਕਰ ਰਿਹਾ ਬਈ ਹਰਿਆਣਾ ਵੀ ਤੇਰੇ ਨਾਲ ਆ ਤੇ ਜਿੰਨਾ ਹੋ ਸਕਿਆ ਅਸੀਂ ਜਿੰਨਾ ਸਪੋਰਟ ਕਰਦੇ ਉਹਨਾਂ ਕਰਦੇ ਤੈਨੂੰ ਤੁਹਾਡੇ ਹਰਿਆਣੇ 'ਚ ਕਿਸ ਤਰ੍ਹਾਂ ਲੱਖੀ ਨੂੰ ਪਸੰਦ ਕਰਦੇ ਨੇ ਲੋਕ ਬਈ ਬੜਾ ਘੈਂਟ ਬੰਦਾ ਸਾਰੇ ਹੀਰੋ ਮੰਨਦੇ ਨੇ ਉਹਨੂੰ ਜਿਹੜਾ ਅੱਜ ਕੱਲ੍ਹ ਦਾ ਯੂਥ ਹੈ ਨਾ ਹਰਿਆਣੇ ਦਾ ਸਾਰੇ ਆਪਣਾ ਹੀਰੋ ਮੰਨਦੇ ਨੇ ਬੰਦੇ ਨੂੰ ਲੱਖੇ ਸਧਾਣੇ ਨੂੰ ਹਾਂ ਵੀਰ ਹਰਿਆਣੇ 'ਚ ਵੈਸੇ ਲੱਖੇ ਸਧਾਣੇ ਵਰਗਾ ਅਸੀਂ ਖੁਦ ਚਾਹੁੰਦੇ ਹਾਂ ਵੀ ਕੋਈ ਇਹੋ ਜਿਹਾ ਲੀਡਰ ਹੋਵੇ ਪਰ ਤਕਰੀਬਨ ਇਹ 60 ਸਾਡੇ ਜਿਹੜੇ ਪੁਰਾਣੇ ਆ ਸਾਡੇ ਜਿੰਨੇ ਵੀ ਨੇ ਸਭ ਇਹੀ ਸੋਚਦੇ ਨੇ ਵੀ ਲੱਖੇ ਸਧਾਣੇ ਵਰਗੇ ਕੋਈ ਬੰਦਾ ਆਏ ਤੇ ਇਸ ਟਾਈਮ ਅੰਦੋਲਨ ਨੂੰ ਵੈਸੇ ਲੋੜ ਵੀ ਹੈ ਉਸ ਬੰਦੇ ਦੀ ਹੈ ਕਿਉਂਕਿ ਅੰਦੋਲਨ ਜਿਹੜੇ ਵੀ ਇਹਦੀ ਯਾਰ ਪੰਜਾਬੀ ਮਾਂ ਬੋਲੀ ਬਾਰੇ ਉਹ ਬੰਦੇ ਦੀ ਸੋਚ ਆਪਣੇ ਹਰਿਆਣੇ 'ਚ ਮੰਨ ਲਾ ਉਹਦੇ ਵਰਗਾ ਵੀਰ ਕੋ ਨਹੀਂ ਹੈ ਕੋਈ ਵੀ ਮੰਨ ਲਾ ਉਹਦੇ ਵਰਗਾ ਬੰਦਾ ਹਰਿਆਣੇ 'ਚ ਵੀ ਹੋਵੇ ਯੂਥ ਨੂੰ ਅੱਗੇ ਲੈ ਕੇ ਟੁਰੇ ਜੇ ਪੰਜਾਬ 'ਚੋਂ ਬੰਦਾ ਟੁਰਦਾ ਫਿਰ ਜੇਲ੍ਹਾਂ ਗੱਡੀਆਂ ਨੇ ਵੀਰ ਨੇ ਅਸੀਂ ਤਾਂ ਇੱਥੋਂ ਤੱਕ ਕਹਿੰਦੇ ਜੇ ਪੰਜਾਬ ਨਹੀਂ ਟੁਰਦਾ ਉਹਦੇ ਨਾਲ ਅਸੀਂ ਹਰਿਆਣਾ ਸਾਡੇ ਹਰਿਆਣੇ 'ਚ ਆਏ ਤੇ ਅਸੀਂ ਉਹਦੇ ਨਾਲ ਟੁਰਾਂਗੇ ਸੌਖੀਆਂ ਨਹੀਂ ਯਾਰ ਜੇਲ੍ਹਾਂ ਗੱਡਣੀਆਂ ਸੌਖੀਆਂ ਨਹੀਂ ਹੁੰਦੀਆਂ ਨੇ ਐ ਜਿਹੜਾ ਸੂਰਮਾ ਬਈ ਇੰਨੇ ਮੁਕਦਮੇ ਆਪਣੇ ਉੱਤੇ ਲੈਣਾ ਤੇ ਕੋਈ ਸੌਖੀ ਗੱਲ ਤਾਂ ਹੈ ਨਹੀਂ ਜਿਹੜਾ ਬਈ ਆਪਣੇ ਦੇਸ਼ ਲਈ ਆਪਣੀ ਕੌਮ ਲਈ ਅੱਗੇ ਖੜਦਾ ਤੇ ਮੈਂ ਇਹੀ ਜਿਹੜੇ ਵੀ ਭਰਾ ਭੈਣ ਜਿਹੜੇ ਵੀ ਸਾਰੇ ਦੇਸ਼ ਵਾਸੀ ਇਹਨੂੰ ਵੇਖਣ ਲੱਗੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰੋ ਬਾਈ ਜਿਹੜਾ ਲੱਖਾ ਸਧਾਣਾ ਬਾਈ ਬਹੁਤ ਘੈਂਟ ਬੰਦਾ ਠੀਕ ਹੈ ਤੇ ਪੰਜਾਬ ਹਰਿਆਣਾ ਸਾਰਾ ਉਹਦੇ ਨਾਲ ਆ ਤੇ ਬਾਈ ਅੱਗੇ ਖੜਿਆ ਅਸੀਂ ਤੇ ਨਾਲ ਜਿੰਨਾ ਹੋ ਸਕੇ ਅਸੀਂ ਖੜਾਂਗੇ ਤੇ ਨਾਲ ਆਪਣਾ ਕੀ ਕਹਿੰਦਾ ਹਨ ਹਰਿਆਣਾ ਤੋਂ ਕਿੱਥੋਂ ਆਏ ਤੁਸੀਂ ਅਸੀਂ ਜੀ ਗੁਰਸੇਤਰ ਸਾਡਾ ਡਿਸਟ੍ਰਿਕਟ ਹੈ ਇਸਮਾਇਲਾਬਾਦ ਸਾਡਾ ਕਸਬਾ ਹੈ ਕਾਫੀ ਵੋਟ ਹੈ ਉਹਦੀ ਵੀ ਅੱਛਾ ਤੇ ਬਹੁਤ ਕਿਸਾਨ ਉੱਥੋਂ ਆ ਰਹੇ ਨੇ ਤੇ ਸਾਡਾ ਮੇਨ ਦਫ਼ਤਰ ਹੈ ਇਸਮਾਇਲਾਬਾਦ ਦਾ ਤੇ ਗੱਲ ਇਹ ਆ ਵੀ ਵੀਰੋ ਚਲੋ ਸਾਰੇ ਹੀ ਆਪੋ ਆਪਣੀ ਜਗ੍ਹਾ ਚੰਗੇ ਨੇਗੇ ਹਨਾ ਸਾਰਿਆਂ ਦਾ ਸਤਿਕਾਰ ਆ ਸਾਰੇ ਆਗੂਆਂ ਦਾ ਸਤਿਕਾਰ ਹੈ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਅਸੀਂ ਵੀ ਜੋ ਦੇਖ ਇਹ ਚੀਜ਼ ਚਾਹੁੰਦੇ ਹਾਂ ਵੀ ਜਿਹੜਾ ਲੱਖਾ ਹਨਾ ਅਸੀਂ ਉਹਦੇ ਨਾਲ ਤਰੀਕਾਂ 'ਤੇ ਵੀ ਜਾਂਦੇ ਰਹੇ ਹਾਂ ਮੈਂ ਤਾਂ ਹਰ ਇੱਕ ਤਰੀਕ 'ਤੇ ਜਾਂਦੇ ਰਿਹਾ ਅਸੀਂ ਦੇਖਦੇ ਰਹੇ ਹਾਂ ਸਭ ਤੋਂ ਵੱਧ ਹਰਾਸਮੈਂਟ ਵੀ ਦਿੱਲੀ ਪੁਲਿਸ ਨੇ ਉਸ ਨੂੰ ਕੀਤਾ ਨੌਜਵਾਨ ਵੀ ਵੱਡੀ ਤਦਾਦ ਦੇ ਵਿੱਚ ਉਹਨੂੰ ਪਸੰਦ ਕਰਦੇ ਨੇਗੇ ਹਨਾ ਅਤੇ ਇਸ ਕਰਕੇ ਜੋ ਅੰਦੋਲਨ ਦੇ ਵਿੱਚ ਆਉਣ ਦਾ ਕੀ ਕਾਰਨ ਆ ਸਭ ਤੋਂ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀ ਤਰੀਕਾਂ ਨੇਗੀਆਂ ਉਹ ਦਿੱਲੀ ਪੁਲਿਸ ਬਹੁਤ ਲੰਮੀਆਂ ਪਾ ਰਹੀ ਹੈ ਪਹਿਲਾਂ 9 ਤੋਂ ਬਾਅਦ 24 ਦੀ ਪਾਤੀ 24 ਤੋਂ ਬਾਅਦ ਇੱਥੇ 4-5 ਕੇਸ ਦਰਜ ਕਰੀ ਖੜੇ ਨੇਗੇ ਪੰਜਾਬ ਪੁਲਿਸ ਵਾਲੇ ਜੇ ਤੁਸੀਂ ਕਹੀਏ ਨਾ ਵੀ ਸਾਨੂੰ ਇਕੱਲਾ ਦਿੱਲੀ ਪੁਲਿਸ ਦਾ ਡਰ ਹੈ ਪੰਜਾਬ ਪੁਲਿਸ ਵਾਲੇ ਵੀ ਸਾਡੇ ਨਾਲ ਕੋਈ ਘੱਟ ਨਹੀਂ ਵਿਚਾਰਦੇ ਕਿਉਂਕਿ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਚਾਹੇ ਵੇਸਕ ਤੁਹਾਡੇ ਹਰਿਆਣੇ ਦੇ ਵਿੱਚ ਤਾਂ ਭਾਜਪਾ ਹੀ ਹੈ ਪਰ ਸਾਡੇ ਵਿੱਚ ਸਾਡੇ ਜਿਹੜੀਆਂ ਪਾਰਟੀਆਂ ਨੇ ਦੋਗਲੀਆਂ ਨੇ ਦੋਗਲੀ ਰਾਜਨੀਤੀ ਹੈ ਸਾਡੇ ਦੋਗਲੀ ਕਿਵੇਂ ਆ ਸਾਡੇ ਗੱਲ ਤਾਂ ਕਰਦੇ ਨੇ ਕਿਸਾਨਾਂ ਦੀ ਪਰ ਪਿੱਠ 'ਚ ਸੁਰਾ ਮੰਨ ਕੇ ਚੱਲ ਸਾਡੇ ਉਦੋਂ ਵੱਧ ਮਾਰਦੇ ਨੇ ਉਹ ਜਿਹੜੇ ਪਿੱਠ 'ਚ ਸੁਰਾ ਮਾਰਨਾ ਹੁੰਦਾ ਹੁਣ ਤੁਹਾਡੇ ਕੱਟਰ ਹੈ ਕੱਟਰ ਥੋੜ੍ਹਾ ਸ਼ਰਿਆਮ ਪਤਾ ਵੀ ਉਹ ਭਾਜਪਾ ਦਾ ਬੰਦਾ ਤੁਹਾਨੂੰ ਪਤਾ ਹੈ ਪਰ ਸਾਨੂੰ ਇਹ ਆ ਵੀ ਸਾਡੇ ਨਾਲ ਤਾਂ ਡਰਾਮਾ ਕਰਦੇ ਵੀ ਤੁਹਾਡੇ ਨਾਲ ਹੈ ਕੈਪਟਨ ਵਰਗੇ ਬਿਆਨ ਪਾ ਉਹ ਤੀਜੇ ਦਿਨ ਅਖਬਾਰ 'ਤੇ ਮੀਡੀਆ ਸਾਹਮਣੇ ਕਹਿੰਦੇ ਨੇ ਮੈਂ ਕਿਸਾਨਾਂ ਨਾਲ ਹਾਂ ਪਰ ਜਦੋਂ ਕਿਸਾਨਾਂ ਦੀ ਗੱਲ ਹੁੰਦੀ ਉਦੋਂ ਪਿੱਠ 'ਚ ਸੁਰਾ ਮਾਰਦੇ ਨੇ ਕੈਪਟਨ ਵਰਗੇ ਪਿੱਠ 'ਚ ਸੁਰਾ ਮਾਰਨ ਵਾਲਾ ਸਭ ਤੋਂ ਵੱਡਾ ਦੋਗਲਾ ਦੁਸ਼ਮਣ ਹੁੰਦਾ ਹੈਨਾ ਇਹ ਸਾਡੇ ਦੁਸ਼ਮਣ ਸਭ ਤੋਂ ਵੱਡੇ ਨੇਗੇ ਸਾਡੇ ਪਿੱਠ ਪਿੱਛੇ ਰਹਿ ਕੇ ਸੁਰਾ ਮਾਰਦੇ ਰਹਿੰਦੇ ਅੰਦੋਲਨ ਬੇਸ਼ੱਕ ਅੰਦੋਲਨ ਇਹ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਪਰ ਇਹਨਾਂ ਨੇ ਡੱਟ ਕੇ ਇਹਨਾਂ ਦਾ ਜਿਹੜੀ ਇੱਥੇ ਭਾਜਪਾ ਸਰਕਾਰ ਆ ਮੋਦੀ ਵਰਗਿਆਂ ਦਾ ਸਾਡੇ ਦੋਨੇ ਤਿੰਨੇ ਰਾਜਨੀਤਿਕ ਪਾਰਟੀਆਂ ਨੇ ਡੱਟ ਕੇ ਇਹਨਾਂ ਦਾ ਸਹਿਯੋਗ ਦੇ ਰਹੇ ਨੇ ਅੰਦਰੋਂ ਪੂਰਾ ਸਾਥ ਦੇ ਰਹੇ ਨੇ ਅੰਦਰੋਂ ਨਾਲ ਲੋਕ ਵੇਖ ਜਾਂਦੇ ਬਈ 500 ਰੁਪਏ ਦੇ ਵਿੱਚ ਜੇ ਆਪਾਂ ਕਹੀਏ ਬਈ ਜਿਹੜੇ ਪੰਜਾਬ 'ਚ ਸਰਕਾਰ ਜਿਹੜੀ ਹੋਈ ਨੇ ਤੇ ਹੁਣ ਦੱਸ ਬਈ ਮਤਲਬ ਰਾਜਨੀਤੀ ਤਾਂ ਚੱਲਦੀਆਂ ਨੇ ਹੈ ਰਾਜਨੀਤੀ ਰੁਕਦੀ ਹੈ ਨਹੀਂ ਬਈ ਰਾਜਨੀਤੀ ਰੁਕ ਜਾਈਏ ਆਪਾਂ ਕਹਿਣ ਦੇ ਹੈ ਤੇ ਆਪਾਂ ਨੂੰ ਚੋਇਸ ਕੀ ਆ ਆਪਣੇ ਕੋਲ ਬਈ ਆਪਾਂ ਕਿਹੜੀ ਪਾਰਟੀ ਨੂੰ ਮਤਲਬ ਆਪਣਾ ਇਹ ਹੋਣਾ ਚਾਹੀਦਾ ਜਾਂ ਕਿਸਾਨ ਅੱਗੇ ਆਵੇ ਠੀਕ ਹੈ ਬਈ ਕਿਸਾਨ ਪਾਰਟੀ ਹੋਵੇ ਬਈ ਜਿਹੜੀ ਗੱਲ ਤੇਰੇ ਵਾਲੀ ਸਹੀ ਆ ਸਾਰੇ ਨੌਜਵਾਨਾਂ ਦਾ ਸਵਾਲ ਹੀ ਇਹ ਹੁੰਦਾ ਸਾਰੇ ਨੌਜਵਾਨਾਂ ਦਾ ਸਵਾਲ ਹੀ ਇਹ ਹੁੰਦਾ ਵੀ ਅਸੀਂ ਹੁਣ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਵੇਂ ਪੰਜਾਬ ਨੌਜਵਾਨ ਦੀ ਹਮੇਸ਼ਾ ਸੋਚ ਮਿਲਦੀ ਹੁੰਦੀ ਆਪਣੇ ਨੌਜਵਾਨ ਇਹੀ ਗੱਲ ਕਹਿੰਦੇ ਨੇਗੇ
ਹੁਣ ਚਲੋ ਮੈਂ ਇੱਕ ਕਲਾਕਾਰ ਹਾਂ ਉਹ ਨੌਜਵਾਨ ਇਹੀ ਗੱਲ ਕਹਿੰਦੇ ਨੇ ਵੀ ਬਾਈ ਤੁਸੀਂ ਕਹਿੰਦੇ ਅਕਾਲੀ ਨੂੰ ਵੋਟ ਨਾ ਪਾਓ ਕਾਂਗਰਸੀ ਨੂੰ ਵੋਟ ਨਾ ਪਾਓ ਜਾਂ ਝਾੜੂ ਵਾਲੇ ਨੂੰ ਵੋਟ ਨਾ ਪਾਓ ਅਸੀਂ ਕਿਹਨੂੰ ਪਾਈਏ ਕਿਹਨੂੰ ਗੱਲ ਇਹ ਆ ਵੀ ਬਾਈ ਇਸ ਟਾਈਮ ਸਭ ਤੋਂ ਵੱਡਾ ਹੋ ਚੁੱਕਿਆ ਅੰਦੋਲਨ ਸਭ ਤੋਂ ਜ਼ਰੂਰੀ ਹੈ ਅੰਦੋਲਨ ਜਿੱਤਣਾ ਜੇ ਆਪਾਂ ਅੰਦੋਲਨ ਨਾ ਜਿੱਤਿਆ ਆਪਣੇ ਸਿਰ 'ਚ ਪੈਣਗੀਆਂ ਜੁੱਤੀਆਂ ਇਸ ਕਰਕੇ ਸਭ ਤੋਂ ਪਹਿਲਾਂ ਅੰਦੋਲਨ ਜਿੱਤਣ ਤੋਂ ਬਾਅਦ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਪੰਜਾਬ ਅੱਗੇ ਜਾਂ ਹਰਿਆਣੇ ਅੱਗੇ ਇਹੋ ਜਿਹੇ ਲੋਕ ਆਉਣਗੇ ਜਿਹੜੇ ਲੋਕਾਂ ਨੂੰ ਆ ਰਾਜਨੀਤਿਕ ਪਾਰਟੀ ਨਿਕਲ ਕੇ ਲੋਕ ਉਹਨਾਂ ਨੂੰ ਸਵੀਕਾਰ ਕਰਨ ਵੋਟ ਪਾਉਣ ਲੰਮੇ ਸਮੇਂ ਤੋਂ ਤੁਸੀਂ ਦੇਖਿਆ ਵੀ ਰਾਜਨੀਤੀ 'ਚ ਬਹੁਤ ਚੰਗੇ ਬੰਦਿਆਂ ਨੇ ਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਲੋਕਾਂ ਨੇ ਸਵੀਕਾਰ ਨਹੀਂ ਕਰਿਆ ਇਹਨਾਂ ਨੇ ਉਹੀ ਉਹਨਾਂ ਦੇ ਪਿੱਛੇ ਜਿਹੜੇ ਝੋਲਾ ਚੱਕ ਪਿੱਛੇ ਲੱਗੇ ਰਹੇ ਨੇਗੇ ਇਹਨਾਂ ਉਹਨਾਂ ਦੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦੇ ਪਿੱਛੇ ਲੱਗੇ ਰਹੇ ਨੇ ਦਾਰੂ ਦੀਆਂ ਬੋਤਲਾਂ ਦੇ ਵਿਕ ਕੇ ਨਸ਼ੇ 'ਚ ਵਿਕ ਕੇ ਉਹਨਾਂ ਦੇ ਗੱਲਾਂ 'ਚ ਆ ਕੇ ਉਹਨਾਂ ਦੇ ਗੱਪਾਂ 'ਚ ਆ ਕੇ ਉਹਨਾਂ ਨੇ ਲੋਕਾਂ ਨੂੰ ਸਵੀਕਾਰ ਕਰਿਆ ਪਰ ਲੋਕ ਜ਼ਰੂਰ ਚੰਗੇ ਆਉਣਗੇ ਲੋਕਾਂ ਨੇ ਉਹਨਾਂ ਨੂੰ ਪਸੰਦ ਕਰਨਾ ਅਸੈਪਟ ਕਰਨਾ ਉਹਨਾਂ ਨੂੰ ਜਿਤਾਉਣਾ ਜਾਂ ਹਰਾਉਣਾ ਉਹ ਲੋਕਾਂ ਦੀ ਮਰਜ਼ੀ ਹੈ ਠੀਕ ਹੈ ਆਹ ਗੱਲਬਾਤ ਹੈ।